ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਲ ਸਮੁੰਦਰ ਭੈ ਰੂਪ ਪ੍ਰਗਟ ਹਰ ਨਾਮ ਉਧਾਰਨ, ਬਸੈ ਸੰਤ ਜਿਸ ਹਿਰਦੈ ਦੁਖ ਦਾਰਦਰ ਨਿਵਾਰਨ। ਨਿਰਮਲ ਭੀਖ ਅਪਾਰ ਤਾਸ ਬਿਨ ਅਵਰ ਨ ਕੋਈ, ਮਨ ਬਚ ਜਿਨ ਜਾਣਿਆ ਭਇਓ ਤਿਹ ਸਮ ਸਰ ਸੋਈ। ਧਰਨ ਗਗਨ ਨਵ ਖੰਡ ਮਹਿ ਜੋਤ ਸਵਰੂਪੀ ਰਹਿਓ ਭਰ, ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤਖ ਹਰ। ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤਖ ਹਰ। ਪਰਮ ਸਨਮਾਨ ਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ, ਗੁਰੂ ਰੂਪ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ, ਸਾਧ ਸੰਗਤ ਜੀਓ, ਦਾਸ ਦੀ ਅਤੇ ਆਪਣੀ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਂਦਿਆਂ ਫਤਿਹ ਪ੍ਰਵਾਨ ਕਰਨੀ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਖਾਲਸਾ ਸਾਧ ਸੰਗਤ, ਅੱਜ ਬਹੁਤ ਹੀ ਵਡਭਾਗਾ ਦੇਣ ਆਇਆ ਹੈ, ਭਾਦਰੋਂ ਸੁਦੀ ਦੂਜ ਵਾਲਾ ਦਿਨ ਆਇਆ ਹੈ। ਅੱਜ ਦੇ ਦਿਨ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਪਾਤਸ਼ਾਹ ਜੀ ਗੁਰਤਾ ਗੱਦੀ ਸਿੰਘਾਸਨ ਅਰੂੜ ਹੋਏ ਸਨ। ਸਾਧ ਸੰਗਤ, ਇਹ ਕਥਾ ਇਸ ਤਰ੍ਹਾਂ ਆਉਂਦੀ ਹੈ। ਸਾਧ ਸੰਗਤ, ਸਤਿਗੁਰੂ ਸਾਹਿਬਾਨ ਦੇ ਅੱਜ ਗੁਰਤਾ ਗੱਦੀ ਸਿੰਘਾਸਨ ਅਰੂੜ ਹੋਣ ਦੇ ਪਵਿੱਤਰ ਦਿਹਾੜੇ 'ਤੇ ਆਪ ਸੰਗਤਾਂ ਦੇ ਨਾਲ ਦਾਸ ਕੁਝ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣ ਦਾ ਨਿਮਾਣਾ ਯਤਨ ਕਰਨ ਜਾ ਰਿਹਾ ਹੈ। ਸਾਧ ਸੰਗਤ, ਇਹ ਉਸ ਸਮੇਂ ਦੀ ਗਾਥਾ ਹੈ ਕਿ 1637 ਬਿਕਰਮੀ ਸੰਮਤ ਨੂੰ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਤਾਇਆ ਭਾਈ ਸੰਹਾਰੀ ਮੱਲ ਜੀ ਲਾਹੌਰ ਤੋਂ ਧੰਨ ਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਨਗਰੀ ਆਏ। ਗੁਰੂ ਚਰਨਾਂ ਦੇ ਵਿੱਚ ਬੇਨਤੀ ਕੀਤੀ ਅਤੇ ਕਿਹਾ, ਹੇ ਸਤਿਗੁਰੂ ਜੀ, ਆਪ ਜੀ ਦੇ ਭਤੀਜੇ ਦਾ ਵਿਆਹ ਹੈ, ਆਪ ਕਿਰਪਾ ਕਰਕੇ ਵਿਆਹ ਵਿੱਚ ਸ਼ਾਮਲ ਹੋ ਕੇ ਸਾਰਾ ਕਾਰਜ ਆਪ ਹੱਥੀਂ ਨਿਭਾਓ। ਸਤਿਗੁਰੂ ਸਾਹਿਬਾਂ ਨੇ ਵਿਚਾਰ ਕਰਕੇ ਭਾਈ ਸੰਹਾਰੀ ਮੱਲ ਜੀ ਦੇ ਤਾਈਂ ਕਿਹਾ ਕਿ ਭਰਾਤਾ ਜੀ, ਜੇਕਰ ਅਸੀਂ ਆਵਾਂਗੇ ਸਾਡੇ ਨਾਲ ਸੰਗਤ ਦਾ ਵੀ ਬਹੁਤ ਵੱਡਾ ਇਕੱਠ ਹੋਵੇਗਾ, ਸੋ ਸੰਗਤ ਨੂੰ ਸਾਂਭਣਾ ਮੁਸ਼ਕਲ ਹੋ ਜਾਵੇਗਾ। ਇਸ ਵਾਸਤੇ ਤੁਸੀਂ ਸਾਡੇ ਕਿਸੇ ਪੁੱਤਰ ਨੂੰ ਲੈ ਜਾਓ, ਆਪਣੇ ਭਤੀਜਿਆਂ ਵਿੱਚੋਂ ਕਿਸੇ ਨੂੰ ਲੈ ਜਾਓ। ਅਤੇ ਭਾਈ ਸੰਹਾਰੀ ਮੱਲ ਜੀ ਕਹਿਣ ਲੱਗੇ, ਸਤਿਗੁਰੂ ਜੀ, ਜਿਵੇਂ ਆਪ ਜੀ ਦੀ ਇੱਛਾ। ਸਤਿਗੁਰਾਂ ਵੱਡੇ ਸੁਪੁੱਤਰ ਨੂੰ ਹੁਕਮ ਕੀਤਾ ਪ੍ਰਿਥੀ ਚੰਦ ਨੂੰ ਕਿ ਪ੍ਰਿਥੀ ਚੰਦ, ਤੇਰੇ ਤਾਇਆ ਜੀ ਆਏ ਹੈ, ਇਹਨਾਂ ਦੇ ਨਾਲ ਲਾਹੌਰ ਆਪਣੇ ਭਰਾ ਦੇ ਵਿਆਹ ਵਿੱਚ ਜਾ ਕੇ ਸ਼ਾਮਲ ਹੋਣਾ ਕਰ। ਪ੍ਰਿਥੀ ਚੰਦ ਨੇ ਮਨ ਵਿੱਚ ਕਪਟ ਰੱਖ ਕੇ ਕਿ ਜੇ ਮੈਂ ਚਲਿਆ ਗਿਆ, ਸੰਗਤ ਵੱਲੋਂ ਆਉਣ ਵਾਲਾ ਧਨ ਆਦਿ ਦਾ ਦਸਵੰਧ ਸਾਰੇ ਮਾਮਲੇ ਗੁਰੂ ਅਰਜਨ ਦੇਵ ਜੀ ਸੰਭਾਲਣਗੇ, ਅਤੇ ਮੇਰੀ ਕਿਤੇ
ਜੋ ਇਹ ਸਾਰੀ ਪ੍ਰਬੰਧ ਦੀ ਡਿਊਟੀ ਨਾ ਜਾਂਦੀ ਰਵੇ, ਨਾਲੇ ਗੁਰਤਾ ਦਾ ਸਿੰਘਾਸਨੀ ਨਾ ਮਗਰੋਂ ਪਿਤਾ ਜੀ ਮੇਰੇ ਅਨੁਜ ਨੂੰ ਛੋਟੇ ਭਰਾ ਨੂੰ ਦੇ ਦਿਓ। ਇਹ ਵਿਚਾਰਦਿਆਂ ਜਵਾਬ ਦਿੱਤਾ ਕਿ ਪਿਤਾ ਜੀ ਮੇਰਾ ਵਿਹਲ ਨਹੀਂ, ਮੇਰੇ ਗਿਆਂ ਇੱਥੇ ਪਿੱਛੇ ਸਰਨਾ ਨਹੀਂ। ਸਤਿਗੁਰਾਂ ਆਪਣੇ ਦੂਜੇ ਸਪੁੱਤਰ ਬਾਬਾ ਮਹਾਂਦੇਵ ਜੀ ਨੂੰ ਕਿਹਾ, ਉਹਨਾਂ ਵੀ ਉਹੀ ਉੱਤਰ ਦਿੱਤਾ। ਤਾਂ ਜਿਸ ਵੇਲੇ ਸਤਿਗੁਰਾਂ ਨੇ ਆਪਣੇ ਛੋਟੇ ਸਪੁੱਤਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਤਾਈ ਹੁਕਮ ਕੀਤਾ ਕਿ ਹੇ ਪੁੱਤਰ, ਹੇ ਗੁਰੂ ਅਰਜਨ ਦੇਵ ਜੀ, ਤੁਸੀਂ ਜਾਣਾ ਕਰੋ ਤਾਇਆ ਜੀ ਦੇ ਨਾਲ, ਹੱਥ ਜੋੜ ਸਤਿਬਚਨ ਕਹਿ ਕੇ ਅਤੇ ਤਿਆਰ ਹੋ ਪਏ। ਸਤਿਗੁਰਾਂ ਨੇ ਜਾਣ ਲੱਗਿਆਂ ਤਾਗੀਦ ਕੀਤੀ ਕਿ ਤੁਸੀਂ ਵਿਆਹ ਵਿੱਚ ਸਾਰੇ ਪ੍ਰਬੰਧ ਨਾਲ ਹੋ ਕੇ ਨਿਭਾਉਣੇ ਹੈ। ਵਿਆਹ ਦੀ ਸਮਾਪਤੀ ਉਪਰੰਤ ਧਰਮਸ਼ਾਲਾ ਵਿੱਚ ਲਾਹੌਰ ਗੁਰਮਤ ਦਾ ਪ੍ਰਚਾਰ ਕਰਿਓ, ਜਿਨ੍ਹਾਂ 'ਚ ਅਸੀਂ ਨਹੀਂ ਸੱਦਾਂਗੇ ਤੁਸੀਂ ਨਹੀਂ ਆਉਣਾ। ਸਤਿਬਚਨ ਕਹਿ ਕੇ ਤਾਇਆ ਜੀ ਦੇ ਨਾਲ ਗੁਰੂ ਅਰਜਨ ਦੇਵ ਜੀ ਚਲੇ ਗਏ। ਵਿਆਹ ਦਾ ਸਾਰਾ ਕਾਰਜ ਨਾਲ ਹੋ ਕੇ ਨਿਭਾਇਆ। ਵਿਆਹ ਦੀ ਸਮਾਪਤੀ ਉਪਰੰਤ ਲਾਹੌਰ ਦੇ ਵਿੱਚ ਜਿੱਥੇ ਧਰਮਸ਼ਾਲਾ ਸੀ ਉੱਥੇ ਆ ਕੇ ਗੁਰਮਤ ਦਾ ਪ੍ਰਚਾਰ ਕਰਦਿਆਂ ਨੂੰ ਸਤਿਗੁਰਾਂ ਨੂੰ ਸਾਧ ਸੰਗਤ ਕਰੀਬ ਇੱਕ ਸਾਲ ਦਾ ਸਮਾਂ ਗੁਜ਼ਰ ਗਿਆ। ਉਡੀਕਦੇ ਆ ਪਿਤਾ ਜੀ ਕਦੋਂ ਯਾਦ ਕਰਨਗੇ, ਸੱਦਣਗੇ ਫਿਰ ਜਾਣਾ, ਕਿਉਂ ਪਿਤਾ ਜੀ ਦਾ ਆਦੇਸ਼ ਸੀ ਬਿਨਾਂ ਸੱਦੇ ਤੋਂ ਨਹੀਂ ਆਉਣਾ। ਜਦ ਕੋਈ ਵੀ ਅੰਮ੍ਰਿਤਸਰ ਸਾਹਿਬ ਨਗਰੀ ਵੱਲੋਂ ਸੁਨੇਹਾ ਸਤਿਗੁਰਾਂ ਦਾ ਨਹੀਂ ਆਇਆ ਅਤੇ ਪ੍ਰੇਮ ਵਿੱਚ ਭਿੱਜ ਕੇ ਚਿੱਠੀ ਲਿਖਦੇ ਆ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਿ ਮੇਰਾ ਮਨ ਲੋਚਿਆ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤ੍ਰਿਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸਾਂਤ ਨ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ, ਹਉ ਘੋਲੀ ਜੀਓ ਘੋਲ ਘੁਮਾਈ, ਗੁਰਦਰਸ਼ਨ ਸੰਤ ਪਿਆਰੇ ਜੀਓ। ਜਿਸ ਵਿੱਚ ਪ੍ਰੇਮ ਦੀ ਉਤਕੰਠਾ ਬਿਰਹੋਂ ਦੀ ਪੀੜਾ ਪਿਤਾ ਗੁਰੂ ਜੀ ਦੇ ਅੱਗੋਂ ਬਿਆਨ ਕੀਤੀ। ਚਿੱਠੀ ਦੇ ਕੇ ਸੇਵਕ ਨੂੰ ਅੰਮ੍ਰਿਤਸਰ ਸਾਹਿਬ ਨਗਰੀ ਭੇਜਿਆ। ਲਾਹੌਰੋਂ ਆਇਆ ਸੰਗਤ ਦੇ ਵਿੱਚ ਸਿੱਖ ਨੂੰ ਪਛਾਣ ਪ੍ਰਿਥੀ ਚੰਦ ਨੇ ਆਵਾਜ਼ ਮਾਰ ਕੇ ਆਉਣ ਦਾ ਕਾਰਨ ਪੁੱਛਿਆ। ਸੇਵਕ ਦੇ ਦੱਸਣ ਤੋਂ ਕਿਹਾ, ਚਿੱਠੀ ਮੈਨੂੰ ਦੇ ਦੇ, ਮੈਂ ਗੁਰੂ ਰਾਮਦਾਸ ਸਾਹਿਬ ਜੀ ਤੱਕ ਪਹੁੰਚਾ ਦਿਆਂਗਾ। ਚਿੱਠੀ ਲੈ ਲਈ ਅਤੇ ਸੇਵਕ ਨੂੰ ਲਾਹੌਰ ਵਾਪਸ ਮੋੜ ਦਿੱਤਾ। ਚਿੱਠੀ ਕੋਲ ਰੱਖ ਲਈ, ਕੋਈ ਉੱਤਰ ਨਹੀਂ ਦਿੱਤਾ। ਕਿਤਨਾ ਸਮਾਂ ਗੁਜ਼ਰਿਆ ਅਤੇ ਦੂਸਰੀ ਚਿੱਠੀ ਗੁਰੂ ਅਰਜਨ ਦੇਵ ਜੀ ਨੇ ਫਿਰ ਲਿਖੀ। ਜਦ ਪਹਿਲੀ ਦਾ ਜਵਾਬ ਨਾ ਆਇਆ, ਕੀ ਲਿਖਦੇ ਆ, ਤੇਰਾ ਮੁੱਖ ਸੁਹਾਵਾ ਜੀਓ, ਸਹਿਜ ਧੁਨ ਬਾਣੀ, ਚਿਰ ਹੋਆ ਦੇਖੇ ਸਾਰਿੰਗ ਪਾਣੀ, ਧਨ ਸੋ ਦੇਸ਼ ਜਹਾ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਓ, ਹਉ ਘੋਲੀ ਹਉ ਘੋਲ ਘੁਮਾਈ, ਗੁਰ ਸੱਜਣ ਮੀਤ ਮੁਰਾਰੇ ਜੀਓ। ਦੂਜੀ ਚਿੱਠੀ ਵੀ ਸੇਵਕ ਲੈ ਕੇ ਆਇਆ ਅਤੇ ਪ੍ਰਿਥੀ ਚੰਦ ਨੇ ਪਛਾਣ ਕੇ ਉਹ ਚਿੱਠੀ ਲੈ ਕੇ ਉਹਨੂੰ ਖਾਲੀ ਹੀ ਵਾਪਸ ਮੋੜ ਦਿੱਤਾ, ਉੱਤਰ ਕੋਈ ਨਾ ਭੇਜਿਆ। ਚਿੱਠੀ ਆਪਣੇ ਕੋਲ ਰੱਖ ਲਈ। ਦਿਨ ਗੁਜ਼ਰਦੇ ਗਏ। ਜਦ ਨਹੀਂ ਕੋਈ ਉੱਤਰ ਆਇਆ ਅਤੇ ਧੰਨ ਗੁਰੂ ਅਰਜਨ ਦੇਵ ਜੀ ਨੇ ਉਸ ਭੇਜਣ ਵਾਲੇ ਸਿੱਖ ਨੂੰ ਕਾਰਨ ਪੁੱਛਿਆ ਕਿ ਚਿੱਠੀ ਕਿਹਨੂੰ ਦਿੱਤੀ ਹੈ। ਉਹਨੇ ਦੱਸਿਆ ਕਿ ਪ੍ਰਿਥੀ ਚੰਦ ਜੀ ਅੱਗੋਂ ਮਿਲੇ ਸਨ, ਉਹਨਾਂ ਨੂੰ ਫੜਾ ਕੇ ਆਇਆ। ਸਤਿਗੁਰਾਂ ਤੀਜੀ ਚਿੱਠੀ ਲਿਖੀ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਐ ਪ੍ਰੇ ਤੁਧ ਭਗਵੰਤਾ, ਮੋਹ ਰਹਿਣ ਨਾ ਵਿਹਾਵੈ, ਨੀਂਦ ਨਾ ਆਵੈ, ਬਿਨ ਦੇਖੇ ਗੁਰਦਰਬਾਰੇ ਜੀਓ, ਹਉ ਘੋਲੀ ਜੀਓ ਘੋਲ ਘੁਮਾਈ, ਤਿਸ ਸੱਚੇ ਗੁਰਦਰਬਾਰੇ ਜੀਓ। ਹਲਕਾਰੇ ਨੂੰ ਚਿੱਠੀ ਦੇ ਕੇ ਕਿਹਾ ਕਿ ਇਹ ਚਿੱਠੀ ਕੇਵਲ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਅੱਗੋਂ ਜਾ ਕੇ ਰੱਖਣੀ ਆ, ਹੋਰ ਕਿਸੇ ਨੂੰ ਨਹੀਂ ਪਕੜਵਾਉਣੀ। ਸਿੱਖ ਲਾਹੌਰ ਤੋਂ ਚੱਲਿਆ ਅੰਮ੍ਰਿਤਸਰ ਸਾਹਿਬ ਨਗਰੀ ਆਇਆ ਅਤੇ ਪ੍ਰਿਥੀ ਚੰਦ ਤੋਂ ਬਚਦਿਆਂ ਬਚਾਉਂਦਿਆਂ ਸਤਿਗੁਰਾਂ ਦੇ ਸਜੇ ਦੀਵਾਨ ਵਿੱਚ ਹਾਜ਼ਰ ਹੋ ਕੇ
ਸਤਿਗੁਰਾਂ ਦੇ ਅੱਗੋਂ ਜਿਸ ਵੇਲੇ ਇਹ ਚਿੱਠੀ ਹਾਜ਼ਰ ਕੀਤੀ ਹੈ ਅਤੇ ਸਤਿਗੁਰੂ ਸਾਹਿਬਾਂ ਨੇ ਇਹ ਚਿੱਠੀ ਖੋਲ੍ਹ ਕੇ ਅਤੇ ਬਾਬਾ ਬੁੱਢਾ ਸਾਹਿਬ ਜੀ ਦੁਆਰਾ ਪੜ੍ਹਵਾਈ ਹੈ, ਜਿਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੇ ਚਿੱਠੀ ਪੜ੍ਹੀ ਹੈ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਐ ਪ੍ਰੇਤ ਦੁ ਭਗਵੰਤਾ। ਜਿਸ ਵਿੱਚ ਮਿਲਣ ਦੀ ਤਾਂਘ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਪਿਤਾ ਗੁਰੂ ਜੀ ਨੂੰ ਜਿਤਾਈ ਹੈ। ਸਤਿਗੁਰੂ ਸਾਹਿਬਾਂ ਨੇ ਤਦੋਂ ਉਸੇ ਵੇਲੇ ਹੀ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਆਦਿ ਗੁਰਸਿੱਖਾਂ ਨੂੰ ਭੇਜਿਆ ਕਿ ਜਾਓ ਲਾਹੌਰ ਤੋਂ ਗੁਰੂ ਅਰਜਨ ਦੇਵ ਜੀ ਨੂੰ ਲੈ ਕੇ ਆਓ। ਗੁਰੂ ਹੁਕਮ ਪਾ ਕੇ ਬਾਬਾ ਬੁੱਢਾ ਸਾਹਿਬ ਜੀ ਲਾਹੌਰ ਗਏ ਅਤੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੂੰ ਬੜੇ ਅਦਬ ਸਤਿਕਾਰ ਦੇ ਨਾਲ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਲਿਆਂਦਾ। ਜਿਸ ਵੇਲੇ ਸਤਿਗੁਰਾਂ ਦੇ ਸਨਮੁਖ ਆਏ ਹੈ ਅਤੇ ਭੱਜ ਕੇ ਚਰਨਾਂ 'ਤੇ ਢਹਿ ਪਏ, ਸਤਿਗੁਰਾਂ ਚੁੱਕ ਗਲਵੱਕੜੀ ਵਿੱਚ ਲੈ ਲਿਆ, ਬੜਾ ਸਨੇਹ ਪਿਆਰ ਕੀਤਾ ਕਿ ਇਹਨਾਂ ਨੇ ਹੁਕਮ ਮੰਨਿਆ ਹੈ, ਆਗਿਆ ਦੀ ਅਵਹੇਲਣਾ ਨਾ ਕਰਦਿਆਂ ਸਾਡੀ ਆਗਿਆ ਬਿਨਾਂ ਲਾਹੌਰ ਤੋਂ ਨਹੀਂ ਆਏ। ਬਹੁਤ ਪ੍ਰਸੰਨ ਹੋਏ ਤਾਂ ਉਸ ਵੇਲੇ ਸਾਧ ਸੰਗਤ ਸਤਿਗੁਰੂ ਸਾਹਿਬਾਂ ਨੇ ਖੁਸ਼ ਹੋ ਕੇ ਪ੍ਰਸੰਨ ਹੋ ਕੇ ਅਤੇ ਗੁਰਤਾ ਦਾ ਸਿੰਘਾਸਨ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਤਾਈਂ ਬਖਸ਼ਿਆ। ਸਾਰੀ ਸੰਗਤ ਦੀ ਸਹਿਮਤੀ ਲੈ ਕੇ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਮਸ਼ਵਰਾ ਕਰਨ ਉਪਰੰਤ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੂੰ 1638 ਬਿਕਰਮੀ ਸੰਮਤ ਅਤੇ 1581 ਈਸਵੀ ਅਤੇ ਭਾਦੋਂ ਸੁਦੀ ਦੂਜ, ਅੱਜ ਭਾਦੋਂ ਸੁਦੀ ਦੂਜ ਵਾਲਾ ਦਿਨ ਹੈ, ਭਾਦੋਂ ਸੁਦੀ ਦੂਜ ਵਾਲੇ ਦਿਨ ਗੁਰੂ ਅਰਜਨ ਦੇਵ ਜੀ ਨੂੰ ਗੁਰਤਾ ਸਿੰਘਾਸਨ 'ਤੇ ਬਿਠਾ ਕੇ 5 ਪੈਸੇ ਨਾਰੀਏਰ ਰੱਖ ਕੇ ਬਾਬਾ ਬੁੱਢਾ ਸਾਹਿਬ ਜੀ ਦੇ ਕਰ ਕਵਲਾਂ ਦੁਆਰਾ ਗੁਰਤਾ ਦਾ ਤਿਲਕ ਦੇ ਕੇ ਗੁਰਤਾ ਦੇ ਸਿੰਘਾਸਨ ਦੇ ਤਾਈਂ ਬਖਸ਼ਦੇ ਹਾਂ। ਸਾਰੀ ਸੰਗਤ ਨੂੰ ਗੁਰੂ ਅਰਜਨ ਦੇਵ ਜੀ ਦੇ ਚਰਨੀ ਲਾਇਆ ਅਤੇ ਉਸ ਸਮੇਂ ਫਿਰ ਪ੍ਰਿਥੀ ਚੰਦ ਵੀ ਬੜਾ ਰੌਲਾ ਪਾਉਂਦਾ, ਬਹੁਤ ਉਪਦਰਵ ਮਚਾ ਰਿਹਾ ਸੀ ਕਿ ਅਧਿਕਾਰ ਮੇਰਾ ਅਤੇ ਮੇਰੇ ਅਨੁਜ ਨੂੰ ਗੁਰਤਾ ਸਿੰਘਾਸਨ ਦੇ ਦਿੱਤਾ। ਸਤਿਗੁਰੂ ਸਾਹਿਬਾਂ ਨੇ ਪ੍ਰਿਥੀ ਚੰਦ ਦਾ ਵੀ ਜਿਹੜਾ ਇਹ ਪਰਦਾ ਫਾਸ਼ ਕੀਤਾ ਸੰਗਤ ਦੇ ਸਾਹਮਣੇ, ਜਿਹੜੀਆਂ ਚਿੱਠੀਆਂ ਇਹਨੇ ਲਕੋ ਕੇ ਰੱਖੀਆਂ ਸਨ ਗੀਆਂ ਉਹ ਚਿੱਠੀਆਂ ਇਹਦੇ ਹੀ ਚੋਲੇ ਦੇ ਵਿੱਚੋਂ ਇਹਦੇ ਘਰੋਂ ਮੰਗਵਾ ਕੇ ਸਾਰੀ ਸੰਗਤ ਦੇ ਸਾਹਮਣੇ ਬਾਬਾ ਬੁੱਢਾ ਸਾਹਿਬ ਜੀ ਦੁਆਰਾ ਪੜਵਾਈਆਂ। ਸਾਰੀ ਸੰਗਤ ਨੇ ਸੁਣ ਕੇ ਪ੍ਰਿਥੀ ਚੰਦ ਦੀ ਖੋਟ ਨੂੰ ਜਾਣਿਆ। ਉਸ ਵੇਲੇ ਜਦ ਗੁਰਤਾ ਦਾ ਸਿੰਘਾਸਨ ਬਖਸ਼ ਦਿੱਤਾ ਤਾਂ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਹਾ ਕਿ ਹੇ ਧੰਨ ਗੁਰੂ ਅਰਜਨ ਦੇਵ ਜੀ, ਹੁਣ ਸ਼ਬਦ ਦੇ 3 ਪਦ ਤੁਸਾਂ ਲਿਖੇ ਹੈ, ਚੌਥਾ ਲਿਖ ਕੇ ਸ਼ਬਦ ਦੀ ਸੰਪੂਰਨਤਾ ਕਰੋ। ਤਾਂ ਪਿਤਾ ਗੁਰੂ ਜੀ ਦੇ ਸਨਮੁਖ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਸ਼ਬਦ ਦਾ ਚੌਥਾ ਪਦ ਉਚਾਰਿਆ, ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਵਿਨਾਸੀ ਘਰ ਮਹਿ ਪਾਇਆ, ਸੇਵ ਕਰੀ ਪਲ ਚਸਾ ਨ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਓ, ਹਉ ਘੋਲੀ ਜੀਓ ਘੋਲ ਘੁਮਾਈ, ਜਨ ਨਾਨਕ ਦਾਸ ਤੁਮਾਰੇ ਜੀਓ। ਇਉਂ ਗੁਰਤਾ ਦਾ ਸਿੰਘਾਸਨ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਨੇ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਤਾਈਂ ਬਖਸ਼ਿਆ। ਗੁਰੂ ਉਪਮਾ ਵਿੱਚ ਭੱਟ ਲਿਖਦੇ ਹਨ, ਅੰਤ ਨ ਪਾਵਤ ਦੇਵ ਸਭੈ ਮੁਨ, ਇੰਦਰ ਮਹਾ ਸਿਵ ਜੋਗ ਕਰੀ, ਫੁਨ ਬੇਦ ਬਿਰੰਚ ਵਿਚਾਰ ਰਹਿਓ, ਹਰ ਜਾਪ ਨ ਛੱਡਿਓ ਏਕ ਘਰੀ, ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ, ਸੰਗਤ ਸ੍ਰਿਸ਼ਟ ਨਿਹਾਲ ਕਰੀ, ਰਾਮਦਾਸ ਗੁਰੂ ਜਗ ਤਾਰਨ ਕਉ, ਗੁਰਜੋਤ ਅਰਜਨ ਮਾਹੇ ਧਰੀ। ਸੋ ਅੱਜ ਦੇ ਦਿਨ ਭਾਦੋਂ ਸੁਦੀ ਦੂਜ ਵਾਲੇ ਦਿਨ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਗੁਰਤਾ ਸਿੰਘਾਸਨ ਅਰੂੜ ਹੋਏ। ਸਤਿਗੁਰਾਂ ਦੇ ਗੁਰਤਾ ਸਿੰਘਾਸਨ ਅਰੂੜ ਹੋਣ ਦੇ ਪਵਿੱਤਰ ਇਸ ਗੁਰਪੁਰਬ ਨੂੰ ਨਾਨਕ ਨਾਮ ਲੇਵਾ
समूह देशां विदेशां दे विच सिख संगतां मना रहियां हन। समूह सिख संगतां नूं सतगुरां दे गुरता सिंघासन अरूढ़ होण दे पुरब दीआं वधाईआं होण। सतगुरु जी कृपा करन समूह संगत नूं दरों घरों नामदान गुरसिखी जीवन दीआं दातां नाल निवाजन। सो इतनियां बेनतियां प्रवान करनियां, होईआं भुल्लां चुकां दी माफ़ी बख्शनी। गुरु कृपा करन लोक सुखीए परलोक सवेले दीआं दातां बख्शन। बुलाओ फतेह आखो वाहिगुरु जी का खालसा वाहिगुरु जी की फतेह।